ਇਹ ਸਾਲੇ ਚੋਰ ਜੇ ਕਿਤੇ ਵੀ ਤੁਹਾਨੂੰ ਮਿਲ ਜਾਣਗੇ, ਮਤਲਬ ਬਚਪਨ ਇਹੋ ਜਿਹੀਆਂ ਪੌੜੀਆਂ 'ਚ ਹੀ ਗਿਆ ਪੁਰਾਣਾ, ਇਹ ਬਹੁਤ ਪੁਰਾਣਾ ਉਦੋਂ ਦਾ ਜਦੋਂ ਪੌੜੀਆਂ ਬਣੀਆਂ ਸੀ ਨਾ ਉਦੋਂ ਖੇਡਦਾ ਹੁੰਦਾ ਸੀ ਉੱਥੇ। ਹਾਂਜੀ ਕਿੱਦਾਂ ਸਾਰੇ ਠੀਕ ਹੋ? ਇਹ ਆਪਣਾ ਛੋਟਾ ਭਾਈ, ਛੋਟਾ ਭਾਈ ਤੇ ਆਪਣਾ ਵੱਡਾ ਭਾਈ, ਦੁਬਾਰਾ ਕਰਦਾ ਵੈਲਕਮ ਬੈਕ ਟੂ ਬ੍ਰੋ ਚੈਨਲ ਗਾਇਸ, ਥੈਂਕ ਯੂ ਸੋ ਮਚ। ਇਹ ਆਪਣਾ ਛੋਟਾ ਭਾਈ, ਇਹ ਆਪਣਾ ਵੱਡਾ ਭਾਈ। ਹੋਰ ਕਿੱਦਾਂ ਸਾਰੇ ਠੀਕ ਹੋ? ਨਾਓ ਵੀ ਆਰ ਹੇਅਰ ਯਾਰ ਐਟ ਐਲ ਜੀਮੀ ਮੋਲ, ਦੇਖਦੇ ਹਾਂ ਕੁਛ ਬਾਏ ਕਰਨਾ ਇਹਦੀ ਬੋਡੀ ਛੋਡੀ ਲਈ। ਕੀ ਕਰਨਾ? ਪ੍ਰੋਟੀਨ ਖਤਮ ਹੋ ਗਿਆ ਯਾਰ, ਕਿੰਨੇ ਹਫ਼ਤਾ ਹੋ ਗਿਆ ਹੁਣ ਬਿਨਾਂ ਪ੍ਰੋਟੀਨ ਤੋਂ ਦਿਨ ਕੱਢ ਰਹੇ ਇੰਨੇ ਮੈਂ। ਹਾਂ ਪ੍ਰੋਟੀਨ ਖਤਮ ਹੋ ਗਿਆ ਬਾਈ ਦਾ, ਤਾਂ ਪ੍ਰੋਟੀਨ ਲੈਣਾ ਵਾ, ਠੀਕ ਹੈ? ਅਤੇ ਮੈਨੂੰ ਅੰਦਰੋਂ ਆਵਾਜ਼ਾਂ ਆਉਂਦੀਆਂ ਮਸਲ ਦੀ, ਮੈਨੂੰ ਪ੍ਰੋਟੀਨ ਦੇ, ਮੈਨੂੰ ਪ੍ਰੋਟੀਨ ਦੇ। ਅੱਜ ਮੈਂ ਦੇ ਲੈਣ ਆਇਆ ਫਿਰ ਘਰੇ ਆ ਕੇ ਦਊਂ ਉਹਨਾਂ ਨੂੰ। ਹਾਂ ਅਤੇ ਅੱਜ ਬਾਏ ਕਰਕੇ ਪ੍ਰੋਟੀਨ, ਜ਼ਿਆਦਾ ਲੰਬਾ ਵਲੋਗ ਨਹੀਂ ਹੋਣਾ, ਹਲਕਾ ਛੋਟਾ ਜਿਹਾ ਵਲੋਗ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਫਿਰ। ਚੱਲ ਬਾਈ ਪ੍ਰੋਟੀਨ ਦੀ ਭੁੱਖ ਆ ਮੈਨੂੰ ਬਹੁਤ, ਚੱਲੀਏ ਅੱਗੇ ਫਿਰ ਪ੍ਰੋਟੀਨ ਲਈਏ। ਇਹ ਚੱਲ ਪਈ ਹੈ ਹੁੱਕਾ ਪੀਣਾ ਫਿਰ। ਵੈਸੇ ਮੌਸਮ ਬਹੁਤ ਵਧੀਆ ਅੱਜ, ਮੌਸਮ ਬਹੁਤ ਅੱਛਾ, ਨੋ ਗਰਮੀ ਬਾਹਰ ਪੈ ਗਏ ਅਸੀਂ ਇੱਕਦਮ ਹੀ ਬਾਹਰ ਸੀਗਾ, ਸਾਨੂੰ ਇਹੋ ਜਿਹਾ ਮੌਸਮ ਤਾਂ ਮਿਲਦਾ ਹੀ ਨਹੀਂਗਾ। ਸਹੀ, ਸਾਨੂੰ ਮਿਲਿਆ ਫਿਰ ਅਸੀਂ ਬਹਿ ਗਏ, ਹੋਰ ਮਿਲਿਆ ਅਸੀਂ ਬਹਿ ਗਏ, ਠੰਡਾ ਠੰਡਾ, ਨੋ ਨੋ ਗਰਮੀ ਐਟ ਆਲ, ਨੋ ਗਰਮੀ, ਨੋ ਪਸੀਨਾ, ਨੋ ਸਵੈਟਿੰਗ। ਇਹ ਗਾਇਸ ਥੈਂਕ ਯੂ ਸੋ ਮਚ ਪ੍ਰੀਵੀਅਸ ਵੀਡੀਓਜ਼ ਨੂੰ ਪਿਆਰ ਦੇਣ ਲਈ, ਪਲੀਜ਼ ਡੂ ਸਬਸਕ੍ਰਾਈਬ, ਲਾਈਕ, ਕਮੈਂਟ ਐਂਡ ਸ਼ੇਅਰ, ਔਰ ਡੂ ਬ੍ਰੋ ਨੂੰ ਆਈ ਪਿਆਰ ਕਰਦੇ ਰਹੋ, ਠੀਕ ਹੈ? ਚੱਲਦੇ ਹੁਣ ਨੈਕਸਟ ਪਲੈਟਫਾਰਮ 'ਤੇ, ਤੰਕੂ ਸ਼ੁਕਰਨ, ਬਾਏ ਬਾਏ। Guys, we reached here Lifestyle Nutrition to buy that protein for him. Okay, let's see what he is going to select. Dehna ki select kar da bhai, will point banna. Ha okay, ye the same guy. Ha Lifestyle aayegi yaar Jimmy Mall de vich. Okay, dehna ki select kar da, aap on da ghatti knowledge aa nahi jada ho ਨਹੀਂ, ਮੈਨੂੰ ਜਿਹੜੀ ਕੁਆਂਟਿਟੀ ਜ਼ਿਆਦਾ ਮਿਲੂਗੀ ਉਹ ਲੈ ਰਿਹਾ ਸਸਤੇ 'ਚ, ਜਿਹੜੇ ਜ਼ਿਆਦਾ ਕੁਆਂਟਿਟੀ ਮਿਲੂ। ਵੈਨੀਲਾ ਵੈਨੀਲਾ ਗਾਇਸ ਟੇਕ ਅ ਲੁੱਕ ਆਫ ਸ਼ੌਪ ਦਿਸ ਸ਼ੌਪ। I don't know anything about this. ਐ ਬਾਏ ਕੀਤਾ ਯਾਰ, ਵਾਟ ਇਜ਼ ਦਿਸ? ਵੇ ਪ੍ਰੋਟੀਨ ਹੈ, ਮੈਨੂੰ ਕੁਛ ਪਤਾ ਨਹੀਂ ਹੈਗਾ ਇਹਦਾ, ਵੇ ਪ੍ਰੋਟੀਨ ਸ਼ਰੋਟੀਨ ਦਾ ਤੇ ਪਤਾ ਤਾਂ ਇਹਨੂੰ ਹੀ ਆ, ਆਪਾਂ ਨੂੰ ਘੱਟ ਹੀ ਪਤਾ। ਪ੍ਰੋਟੀਨ ਪ੍ਰੋਟੀਨ ਹੁੰਦਾ ਕਿਸੇ ਬ੍ਰਾਂਡ ਦਾ ਲੈ ਲਓ, ਸਸਤਾ ਸਸਤਾ ਲੈ ਲਓ ਅਤੇ ਉਹ 'ਚ ਕੁਆਂਟਿਟੀ ਜ਼ਿਆਦਾ ਮਿਲਦੀ ਉਹ ਲੈ ਲਓ, ਬਸ ਪ੍ਰੋਟੀਨ ਪ੍ਰੋਟੀਨ ਹੈ ਸਾਰਾ। ਯੂ ਗਾਟ ਇਟ? ਓਕੇ, ਵੇ ਪ੍ਰੋਟੀਨ ਲਿਆ ਔਨ ਰੀਜ਼ਨੇਬਲ ਪ੍ਰਾਈਸ, ਐਕਚੁਅਲ ਪ੍ਰਾਈਸ ਆਫ ਦਿਸ 200, ਨਾਓ ਵੀ ਗਾਟ 160 ਔਨ 160, ਠੀਕ ਹੈ ਨਾ? ਗੁੱਡ ਪ੍ਰਾਈਸ ਬਾਈ ਜੀ, ਸੇਲ ਦੇ ਵਿੱਚ ਉਠਾਓ, ਆਫਰ ਦੇ ਵਿੱਚ ਸਮਾਨ ਸਸਤਾ। ਹਾਂ ਹੋ LSN 'ਤੇ ਆਫਰ ਚੱਲ ਰਿਹਾ, ਅਗਰ ਕਿਸੇ ਨੂੰ ਪ੍ਰੋਟੀਨ ਚਾਹੀਦਾ ਜਾਂ ਕੁਛ ਬੋਡੀ ਰਿਲੇਟਡ ਪ੍ਰੋਡਕਟ ਔਰ ਚਾਹੀਦੇ ਆ, ਕਮ ਐਂਡ ਬਾਏ ਇਟ। ਥੈਂਕ ਯੂ ਸੋ ਮਚ, ਮਿਲਦੇ ਹਾਂ ਨੈਕਸਟ ਸਟੇਸ਼ਨ 'ਤੇ। ਪੈਸੇ ਦੇ ਦੇ ਬਾਈ ਦੇ ਪਰਸ 'ਚ। ਓਕੇ ਬ੍ਰੋ, ਥੈਂਕ ਯੂ ਸੋ ਮਚ, ਓਕੇ ਬਾਬਾ। ਇਹ ਲਾਈਟਾਂ ਚੱਲਦੀਆਂ ਦੇਖੀਆਂ ਬਾਈ ਜੀ ਤੁਸੀਂ? ਇਹ ਆਪਣੀ ਗੱਡੀ ਆ ਹੈ ਨਾ, ਇਹ ਮਹਾਰਾਜ ਜੀ, ਇਹ ਵਾਲੇ ਮਹਾਰਾਜ ਜੀ, ਇਹ ਵਾਲੇ ਮਹਾਰਾਜ ਜੀ ਬੰਦ ਕਰਕੇ ਨਹੀਂ ਗਏ। ਭੁੱਲ ਜਾਂਦਾ ਬੰਦਾ। ਹੈਜ਼ ਆਰ ਲਾਈਟਸ, ਪਲੇਸ ਐਕਸਪਲੋਰ ਕਰਵਾ ਦਈਏ ਹੈ ਨਾ, ਤਾਂ ਜੋ ਤੁਹਾਨੂੰ ਵੀ ਅੱਛਾ ਲੱਗੇ ਸਾਨੂੰ ਵੀ ਅੱਛਾ ਲੱਗੇ। ਚਲੋ, ਮੈਂ ਹਾਲੇ ਤੱਕ ਵਿਜ਼ਿਟ ਨਹੀਂ ਕੀਤਾ ਸੀਗਾ ਇਹ ਜਿੱਥੇ ਵੀ ਹੁਣ ਜਾ ਰਹੇ ਹਾਂ ਆਪਾਂ, ਅਤੇ ਦਿਸ ਇਜ਼ ਮਾਈ ਫਸਟ ਟਾਈਮ, ਅਲੈਨ ਦੇ ਵਿੱਚ ਹੀ ਆ, ਈਜ਼ੀ ਆ, ਥੋੜ੍ਹਾ ਛੋਟਾ ਜਿਹਾ ਪਲੇਸ ਆ, ਹੋਪ ਯੂ ਇੰਜੋਏ, ਹੋਪ ਯੂ ਲਾਈਕ ਇਟ, ਰਾਈਟ? ਹੋਪ ਅਸੀਂ ਵੀ ਇੰਜੋਏ ਕਰੀਏ ਕਿਉਂਕਿ ਪਹਿਲੀ ਵਾਰ ਜਾ ਰਹੇ ਹਾਂ। ਵੈਲਕਮ ਬੈਕ ਟੂ ਡੂ ਬ੍ਰੋ ਚੈਨਲ ਗਾਇਸ, ਤੁਹਾਨੂੰ ਕੁਛ ਚੇਂਜ ਲੱਗਦਾ ਹੋਊਗਾ ਇੱਕ, ਵੈਸੇ ਅਗਰ ਵਲੌਗ 'ਚ ਤੁਹਾਨੂੰ ਪਤਾ ਲੱਗੂਗਾ
ਉੱਥੇ ਨਾਈਟ ਸੀਗੀ ਲਾਸਟ, ਹੁਣ ਹੈਗਾ ਡੇ। ਕਿਉਂਕਿ ਕੱਲ੍ਹ ਕੀ ਹੋ ਗਿਆ, ਅਸੀਂ ਆਏ ਤਾਂ ਸੀ ਲੇਕਿਨ ਸਾਨੂੰ ਟਾਈਮਿੰਗ ਨਹੀਂ ਪਤਾ ਸੀ, ਸਾਨੂੰ ਵਾਪਸ ਜਾਣਾ ਪਿਆ ਉੱਥੇ। ਕਿਆ ਛੱਡੇ ਇੱਥੇ ਆਏ ਗੇਟ 'ਤੇ, ਉਹਨਾਂ ਨੇ ਮਤਲਬ ਟਾਈਮਿੰਗ ਔਫ ਹੋ ਗਈ ਸੀ, ਸਾਨੂੰ ਵਾਪਸ ਜਾਣਾ ਪਿਆ। ਹੁਣ ਨੈਕਸਟ ਡੇ ਮਤਲਬ ਅਸੀਂ ਆਏ ਹਾਂ ਕੰਪਲੀਟ ਕਰਨ ਆਪਣਾ ਵਿਜ਼ਿਟ ਅਲੈਨ ਮਿਊਜ਼ੀਅਮ। ਲੈਟਸ ਗੋ ਵਿਦ ਅਸ ਗਾਈਜ਼। ਯੈਸ ਮਿੱਤਰੋ, ਅਲੈਨ ਮਿਊਜ਼ੀਅਮ ਦੇ ਵਿੱਚ ਅਸੀਂ ਐਂਟਰ ਹੋ ਗਏ ਹਾਂ, ਠੀਕ ਹੈ। ਇਹ ਰਿਹਾ ਪਿੱਛੇ ਗੇਟ, ਓਕੇ। ਰਾਈਟ ਸਾਈਡ ਇੱਥੇ ਜਦੋਂ ਤੁਸੀਂ ਐਂਟਰ ਹੋਵੋਗੇ ਤੁਸੀਂ ਮਤਲਬ ਗੈਸਟ ਟ੍ਰੀਟ ਗੈਸਟ ਲਈ ਕੱਪਾਂ ਦੇ ਵਿੱਚ ਆਲ ਸ਼ੋ ਇਜ਼ ਦੈਟ ਯਾ ਮੈਂ ਟੇਸਟ ਕਰਕੇ ਦੱਸਦਾ। ਓਕੇ, ਇਹਨੂੰ ਇੰਨੀ ਸਵਾਦ ਨਹੀਂ ਲੱਗਣੀ, ਆਈ ਨੋ ਦੈਟ। ਬਲੈਕ ਕੌਫੀ, ਬਲੈਕ ਕੌਫੀ ਇਹਨਾਂ ਦਾ ਫੜਨ ਦਾ ਸਟਾਈਲ ਹੁੰਦਾ, ਬਟ ਮੈਨੂੰ ਪ੍ਰੋਪਰ ਨਹੀਂ ਪਤਾ। ਟ੍ਰੈਡੀਸ਼ਨਲ ਮਤਲਬ ਕਾਵਾ ਕਹਿ ਲਈਏ ਆਪਾਂ ਆਪਣੀ ਲੈਂਗੁਏਜ, ਕਾਵਾ ਅਰਬਿਕ ਦੇ ਵਿੱਚ ਕੁਛ ਹੋਰ ਡਿਫਰੈਂਸ ਹੋਣਾ, ਥੋੜ੍ਹਾ ਬਿਟ ਉਹ ਵੀ ਹੈ ਮਤਲਬ ਹਾਰਡ ਆ, ਔਰ ਬਿਲਕੁਲ ਸ਼ੂਗਰ ਨਹੀਂ ਹੈਗੀ, ਸ਼ੂਗਰ ਫਰੀ ਆ, ਬਿਲਕੁਲ ਸ਼ੂਗਰ ਨਹੀਂ। ਜਿਹਨੂੰ ਕੌੜਾ ਲੱਗਦਾ ਹੈ ਨਾ, ਜੋ ਟੇਸਟ ਨਹੀਂ ਕਰ ਸਕਦਾ, ਉਹ ਇੱਥੋਂ ਡੇਟ ਖਜੂਰ ਨਾਲ ਖਾ ਸਕਦਾ ਹੈ ਖਜੂਰ ਵੀ ਟੇਸਟ ਨੂੰ ਚੇਂਜ ਕਰਨ ਲਈ। ਵਧੀਆ ਗੱਲ, ਫਸਟ ਟਾਈਮ ਵੀ ਕੇਮ ਟੂ ਨੋ, ਰਿਸੈਪਸ਼ਨ 'ਤੇ ਗਏ ਨਾ ਜਦੋਂ ਅਸੀਂ, ਤਾਂ ਉਹਨਾਂ ਨੂੰ ਪੁੱਛਿਆ ਵੀ ਦ ਟਿਕਟ ਪ੍ਰਾਈਜ਼, ਵਟ ਇਜ਼ ਦਾ ਟਿਕਟ, ਹੈ ਇਸ ਫਰੀ ਆਫ ਕੋਸਟ, ਫਰੀ ਆਫ ਕੋਸਟ। ਮੈਂ ਕੋਈ ਨਹੀਂ ਕਹਿ ਦੇਣੀ ਟਿਕਟ ਦੇਣੀ, ਤੁਰ ਜਾ ਤੇਰੇ 2 ਰੁਪਏ ਪਿੱਛੇ ਬੈਠੇ ਹੋਏ। ਪੁਰਾਣਾ ਟ੍ਰੈਡੀਸ਼ਨਲ ਮਤਲਬ ਡੀਸੈਂਟ ਜਿਹਾ, ਬਹੁਤ ਸ਼ਾਂਤ ਮਾਹੌਲ ਆ, ਪਿੰਡ ਦੀ ਯਾਦ ਆਉਂਦੀ ਹੈ। ਹਾਂ ਬਿਲਕੁਲ, ਪਿੰਡ ਦੀ ਯਾਦ ਆਉਂਦੀ ਆ। ਅਗਰ ਤੁਸੀਂ ਪਿੰਡ ਦੇ ਹੋ ਔਰ ਪਿੰਡ 'ਚ ਰਹਿੰਦੇ ਹੋ ਜਾਂ ਸ਼ਹਿਰ 'ਚ ਸ਼ਿਫਟ ਹੋ ਗਏ ਹੋ, ਇੱਥੇ ਆ ਕੇ ਤੁਹਾਨੂੰ ਜ਼ਰੂਰ ਮਿਸ ਹੋਊਗਾ ਕਿ ਹਾਂ ਯਾਰ ਉਹੀ ਡੀਸੈਂਟ ਜਿਹਾ ਸ਼ਾਂਤ ਜਿਹਾ ਮਾਹੌਲ, ਹੈ ਨਾ। ਲੈਂਡ ਰੋਵਰ, ਵੈਰੀ ਨਾਈਸ ਸੀਨਰੀ। ਔਰ ਇਹ ਮੇਨ ਐਂਟਰੀ, ਓਕੇ, ਐਂਡ ਕਮ ਓਵਰ ਹੇਅਰ। ਯਾਰ ਇਹ ਬਿਲਕੁਲ ਨਾ ਸੋਚਿਓ ਕਿ ਹਰ ਇੱਕ ਪਲੇਸ ਦੀ ਆਪਣੀ ਆਪਣੀ ਮਤਲਬ ਪਹਿਚਾਣ ਹੁੰਦੀ ਹੈ। ਅਗਰ ਤਾਂ ਸੋਚਦੇ ਵੀ ਯਾਰ ਬਹੁਤ ਯਾਰ ਇਸ ਤਾਂ ਬੋਰ ਹੋ ਗਏ ਜਾ ਕੇ, ਉਹ ਬੇਸ਼ੱਕ ਦੀ ਨਾ ਆਉਣ ਜਿਹਨੇ ਦੇਖਣਾ, ਕਿਉਂਕਿ ਉਹਨੂੰ ਜੋ ਬੰਦੇ ਨੂੰ ਮਤਲਬ ਮਿਊਜ਼ਿਕ ਜਾਂ ਕਲਰਫੁੱਲ ਦੁਨੀਆ ਜੀ ਪਸੰਦ ਆ ਨਾ, ਉਹਨਾਂ ਨੂੰ ਸ਼ਾਇਦ ਇਹ ਪਲੇਸ ਬੋਰ ਲੱਗੇ। ਲੇਕਿਨ ਜਿਹੜੇ ਲੋਕ ਸ਼ੋਰ ਸ਼ਰਾਬੇ ਤੋਂ ਦੂਰ ਹੋ ਕੇ ਡੀਸੈਂਟ ਪਲੇਸ ਨੂੰ ਡਿਸਕ੍ਰਾਈਬ ਕਰਨਾ ਚਾਹੁੰਦੇ ਆ, ਦੇਖਣਾ ਚਾਹੁੰਦੇ ਆ, ਤਾਂ ਇਹ ਪਰਫੈਕਟ ਹੈ। ਮਤਲਬ ਤੁਹਾਨੂੰ ਪਿੰਡ ਜਿਵੇਂ ਪਿੰਡਾਂ ਦੇ ਵਿੱਚ ਆਪਣੇ ਹੁੰਦਾ ਵਾ, ਓਕੇ, ਐਂ ਸੁੰਨਸਾਨ ਜਿਹਾ, ਚਿੜੀਆਂ ਦੀਆਂ ਪੰਛੀਆਂ ਦੀਆਂ ਆਵਾਜ਼ਾਂ, ਹੈ ਨਾ, ਸੋਹਣਾ, ਅਤੇ ਤੁਹਾਨੂੰ ਜ਼ਰੂਰ ਲਾਈਕ ਹੋਊਗਾ ਮੇਰੇ ਵਾਂਗੂ, ਅਗਰ ਕਿਸੇ ਨੂੰ ਪਸੰਦ ਹੈ ਇਹ ਚੀਜ਼। ਆਜ ਉੱਥੋਂ ਦਿਖਾਈ ਜਾਂਦਾ ਟ੍ਰੈਡੀਸ਼ਨ, ਬੜੀਆਂ ਪੁਰਾਣੀਆਂ ਚੇਅਰਸ ਨੇ ਯਾਰ, ਆਪ ਹੈਂਡਮੇਡ ਰੂਫ ਦੇਖ ਲਓ ਬਾਈ ਜੀ, ਪੁਰਾਣੇ ਜ਼ਮਾਨੇ ਵਾਲੀ ਰੂਫ, ਐੱਟ ਵਾਲਾ ਜਿਵੇਂ ਆਪਣੇ ਪਿੰਡ 'ਚ ਕਹਿ ਦਿੰਦੇ ਨਾ, ਐੱਟ ਵਾਲਾ। ਐਬ ਜ਼ਰੂਰ ਪਾਣੀ ਪੀਣ ਵਾਲਾ ਸਿਸਟਮ ਆਉਣਾ। ਲੈਟਸ ਗੋ ਹੇਅਰ, ਅੰਦਰ ਲੈ ਕੇ ਚੱਲਦੇ ਹਾਂ ਰੂਮ ਦੇ ਕੀ ਹੈ। ਓਏ ਤੂੰ ਕੀ ਕਰਦਾ ਇੱਥੇ? ਮੈਨੂੰ ਦਾਵਤ ਯਾਰ, ਅੱਜ ਬਹੁਤ ਕਾਫੀ ਦੇਖ, ਕਾਫੀ ਲੋਕ ਬੈਠੇ ਨੇ, ਬਹੁਤ ਲੋਕ ਆਏ ਨੇ ਪੁਰਾਣੇ, ਮਤਲਬ ਅੱਜ ਇੱਥੇ ਫੈਸਲਾ ਹੋਣਾ ਅੱਜ। ਯਾਰ ਇਹ ਬਹੁਤ ਪੁਰਾਣੇ ਮਤਲਬ ਜ਼ਮਾਨਿਆਂ ਦੀ ਆ, ਇਹਨਾਂ ਦੀ ਬੰਦੂਕ ਸੰਭਾਲੀ ਹੋਈ, ਮੈਨੂੰ ਲੱਗਦਾ ਆ ਇਹਨਾਂ ਦਾ ਖੰਜਰ ਟਾਈਪ ਹੋਣਾ ਯਾਰ, ਕੁਛ ਲੋਕਲਸ ਦਾ ਸਮੈਲ ਆ, ਉਹ ਵੀ ਕੱਚੀ ਮਿੱਟੀ ਜੀ ਦੀ, ਕੱਚੇ ਘਰ ਦੀ। ਗਾਇਜ਼ ਜਿਹਨੇ ਵੀ ਦੇਸੀ ਟਾਈਪ ਨਾਲ ਆਪਦਾ ਬਚਪਨ ਕੱਢਿਆ,
ਠੀਕ ਆ, ਪਿੰਡਾਂ 'ਚ ਰਿਹਾ, ਪਲੀਜ਼ ਕਮ ਐਂਡ ਫੇਲ ਇਟ, ਫੇਲ ਇਟ। ਆਪਣੇ ਘਰ ਇੱਦਾਂ ਸੰਦੂਕ ਹੁੰਦਾ ਸੀਗਾ, ਵੈਸੇ ਇਹ ਸੰਦੂਕ ਦੀ ਵੀ ਉਹਦੀ ਯਾਦ ਦਿਲਾਉਂਦੀ ਆ, ਬਹੁਤ ਪੁਰਾਣੀ ਆ, ਡਿਜ਼ਾਇਨ ਬਹੁਤ ਪੁਰਾਣਾ। ਆਹ ਬੈੱਡ ਆ ਪੁਰਾਣੇ ਜ਼ਮਾਨੇ ਦਾ, ਪੁਰਾਣੀ ਲੱਕੜ ਦਾ। ਵੀਰ ਮੈਂ ਗਰੰਟੀ ਦੇ ਦਿੰਦਾ, ਅਗਰ ਇਹ ਚੀਜ਼ ਪੰਜਾਬ 'ਚ ਹੁੰਦੀ ਨਾ, ਇੱਥੇ ਤਾਂ ਐਜ਼ ਏ ਐਗਜ਼ੀਬਿਸ਼ਨ ਆ ਨਾ, ਵਿਜ਼ਿਟਰ ਆਉਂਦੇ ਨੇ, ਘੁੰਮਦੇ ਨੇ, ਇੰਜੋਏ ਕਰਦੇ ਨੇ, ਦੇਖਦੇ ਨੇ ਕਲਚਰ ਨੂੰ। ਅਗਰ ਇਹੀ ਸਿਸਟਮ ਪੰਜਾਬ 'ਚ ਹੁੰਦਾ ਨਾ, ਬੁੜੀਆਂ ਨੇ ਮੱਥੇ ਟੇਕ ਟੇਕ ਚੜਾਵੇ ਚੜਾ ਚੜਾ ਕਮਲਾ ਕਰ ਲੈਣਾ ਸੀ ਇਸ ਪਲੇਸ ਨੂੰ, ਮੈਂ ਗਰੰਟੀ ਦੇ ਦਿੰਦਾ। ਪ੍ਰਾਈਵੇਟ ਮਜਲਿਸ, ਮਜਲਿਸ ਦਾ ਅਰਬਿਕ ਵਰਡ ਆ, ਲੇਕਿਨ ਮੈਨੂੰ ਇਹਦਾ ਮੀਨਿੰਗ ਪਤਾ, ਪ੍ਰੋਪਰ ਇੰਨਾ ਕੁ ਪਤਾ, ਜਿੱਥੇ ਮਜਲਿਸ ਲੱਗਦੀ ਆ, ਜਿੱਥੇ ਇਕੱਠੀ ਪੰਚਾਇਤ ਬਹਿੰਦੀ ਆ ਜਾਂ ਮੈਂਬਰ ਬਹਿੰਦੇ ਨੇ, ਉਹਨੂੰ ਮਜਲਿਸ ਕਹਿ ਦਿੰਦੇ। ਫਾਤਿਮਾ ਮਦਰ ਰੂਮ, ਲੈਟਸ ਸੀ। ਇਹ ਜਾਣ ਕੇ ਉਹਨਾਂ ਦੇ ਹਾਊਸ ਨੂੰ ਹੁਣ ਮਿਊਜ਼ੀਅਮ ਬਣਾ ਦਿੱਤਾ ਗਿਆ। ਇਹ ਸਭ ਕੁਝ ਓਰੀਜਨਲ ਆ, ਪੁਰਾਣੇ ਘਰ ਨੂੰ ਮਿਊਜ਼ੀਅਮ ਦੇ ਵਿੱਚ ਕਨਵਰਟ ਕਰਤਾ। ਕਨਸੈਪਟ ਹਰ ਜਗ੍ਹਾ ਸੇਮ ਹੀ ਹੈ। ਕਿਸੇ ਨੇ ਵੀ ਅਰਬਿਕ ਕਿਚਨ ਦੇਖਿਆ ਪੁਰਾਣਾ ਨਹੀਂ ਦੇਖਿਆ ਨਾ? ਲੈਟਸ ਗੋ। ਕੀ ਲਿਖਿਆ ਇਹ? ਦ ਕਿਚਨ। ਬਈ ਜਿੱਡੀਆਂ ਫੈਮਲੀਆਂ, ਜਿੱਡੇ ਕਾਰੋਬਾਰ, ਫਿਰ ਓਨੇ ਹੀ ਭਾਂਡੇ, ਓਨਾ ਹੀ ਖਾਣਾ, ਹੈ ਨਾ? ਆ ਬੇਬੀਜ਼ ਲਈ ਬਾਈ, ਬੱਚਿਆਂ ਲਈ ਪੁਰਾਣੇ ਟਾਈਮ ਦਾ ਝੂਲਾ। ਆਲਮੋਸਟ ਯਾਰ ਵਿਜ਼ਿਟ ਕੰਪਲੀਟ ਕਰ ਲਿਆ, ਲੇਕਿਨ ਜਾਂਦੇ ਜਾਂਦੇ ਇੱਕ ਚੀਜ਼ ਨਜ਼ਰ ਪਈ, ਅਲ ਨਾਹਿਨ ਫੈਮਿਲੀ ਟ੍ਰੀ। ਲੈਟਸ ਗੋ ਇਨਸਾਈਡ। ਅੰਦਰ ਐਂਟਰ ਹੋ ਕੇ ਅਤੇ ਇੱਕ ਟਾਈਮ ਟੇਬਲ ਮਿਲਿਆ, ਦੀ ਟਾਈਮ ਟੇਬਲ ਆਫ ਅਲ ਨਾਹਿਨ ਰੋਲਰਸ। ਕੁਇਕ ਸ਼ੋਟ ਲੈ ਕੇ ਖਤਮ ਕਰਦੇ ਹਾਂ ਬਲੌਗ, ਓਕੇ? ਅਤੇ ਅਰਬਿਕ ਦੇ ਵਿੱਚ ਕੁਛ ਮੈਂਸ਼ਨ ਕੀਤਾ ਹੋਇਆ, ਨੇਮ ਹੀ ਹੋਣੇ ਆ ਰੂਲਰਸ ਦੇ। ਹੇਅਰ ਦੇ ਡਿਸਕ੍ਰਾਈਬ ਦ ਫੈਮਿਲੀ ਟ੍ਰੀ ਸ਼ੋਜ਼ ਦ ਹਿਸਟਰੀ ਆਫ ਅਲ ਨਾਹਿਨ ਫੈਮਿਲੀ ਸਟਾਰਟਿੰਗ ਫਰੋਮ ਸ਼ੇਖ ਜ਼ਾਇਦ ਬਿਨ ਖਲੀਫਾ ਟੂ ਯੰਗੈਸਟ ਆਫ ਲੇਟ ਸ਼ੇਖ ਜ਼ਾਇਦ ਬਿਨ ਸੁਲਤਾਨ ਸੰਸ। ਕਾਫੀ ਕੁਛ ਐਕਸਪਲੋਰ ਕੀਤਾ ਇਹ ਵੀਡੀਓ ਦੇ ਵਿੱਚ। ਨਾਓ ਵੀ ਆਰ ਗੋਇੰਗ ਟੂ ਐਂਡ ਆਵਰ ਬਲੌਗ। ਪਲੀਜ਼ ਡੂ ਸਬਸਕ੍ਰਾਈਬ, ਸ਼ੇਅਰ, ਕਮੈਂਟ ਇਫ ਯੂ ਲਾਈਕ ਟੂ ਬਲੋ ਬਲੌਗ। ਥੈਂਕ ਯੂ ਸੋ ਮਚ ਐਂਡ ਬਾਏ ਐਂਡ ਬਾਏ।